ਸ਼੍ਰੀ ਅਕਾਲ, ਮੈਂ ਸਤਵੀਰ ਕੌਰ। ਅੱਜ ਮੈਂ ਤੁਹਾਡੇ ਲਈ ਇੱਕ ਸਵੀਟ ਡਿਸ਼ ਦੀ ਰੈਸਪੀ ਲੈ ਕੇ ਆਈ ਹਾਂ, ਜਿਹਨੂੰ ਬਣਾਉਣ ਲਈ ਸਿਰਫ 15 ਮਿੰਟ ਲੱਗਦੇ ਆ ਅਤੇ ਇਸ ਨੂੰ ਬਣਾਉਣ ਲਈ ਕੋਈ ਗੈਸ ਨਹੀਂ ਚਲਾਉਣਾ ਪੈਂਦਾ। ਬਹੁਤ ਹੀ ਜਲਦੀ ਤਿਆਰ ਹੋ ਜਾਂਦੀ। ਜਦੋਂ ਵੀ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਤੁਸੀਂ ਇਸ ਨੂੰ ਬਿਨਾਂ ਗੈਸ ਚਲਾਏ ਸਿਰਫ 15 ਮਿੰਟ ਵਿੱਚ ਬਣਾ ਸਕਦੇ ਹੋ। ਇਸ ਨੂੰ ਬਣਾਉਣ ਵਾਸਤੇ ਇੱਕ ਬਾਊਲ ਵਿੱਚ ਲੈਣਾ ਆ 1 ਕੱਪ ਠੰਡਾ ਦੁੱਧ, ਜਿਹੜਾ ਕਿ ਫਰਿੱਜ ਵਿੱਚ ਰੱਖਿਆ ਹੋਵੇ। ਫਰਿੱਜ ਵਿੱਚ ਰੱਖਿਆ ਹੋਇਆ ਦੁੱਧ ਲੈਣਾ ਆ। ਅੱਧਾ ਕੱਪ ਲੈਣਾ ਆ ਮਿਲਕ ਪਾਊਡਰ। ਮਿਲਕ ਪਾਊਡਰ ਕੋਈ ਵੀ ਲੈ ਸਕਦੇ ਹੋ ਜਾਂ ਡੇਰੀ ਵਾਈਟਨਰ ਵੀ ਯੂਜ਼ ਕਰ ਸਕਦੇ ਹੋ। ਅਤੇ ਫਿਰ ਇਹਦੇ ਵਿੱਚ ਪਾ ਦੇਣੇ ਆ ਕੁਝ ਬਦਾਮ ਅਤੇ ਪਿਸਤਾ, ਕੱਟ ਕੇ ਬਰੀਕ ਕੱਟ ਕੇ ਜਿਹੜੇ ਆ ਉਹ ਪਾ ਦੇਣੇ ਆ। ਅਤੇ ਇਹਨਾਂ ਨੂੰ ਜਿਹੜਾ ਆ ਉਹ ਮਿਕਸ ਕਰ ਲੈਣਾ ਆ। ਅਤੇ ਇਸ ਦੇ ਬਾਅਦ ਜਿਹੜਾ ਇਹਦੇ ਵਿੱਚ ਚੀਨੀ ਪਾਉਣੀ ਆ। ਅਤੇ ਚੀਨੀ ਜਿਹੜੀ ਆ ਮੈਂ ਮਿਕਸੀ ਵਿੱਚ ਪੀਸ ਲਈ ਸੀਗੀ ਅਤੇ 2 ਚਮਚ ਭਰ ਕੇ ਚੀਨੀ ਦੇ ਪਾਏ ਆ। ਚੀਨੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ। ਇਹ ਜਿਹੜਾ ਮੈਂ ਚੀਨੀ ਪਾਈ ਸੀ, ਜਿਹੜਾ ਮਿੱਠਾ ਸੀਗਾ, ਨਾ ਤਾਂ ਬਹੁਤਾ ਤੇਜ਼ ਸੀ ਅਤੇ ਨਾ ਹੀ ਬਹੁਤਾ ਘੱਟ ਸੀ। ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਆ ਉਹ ਮਿੱਠਾ ਪਾ ਸਕਦੇ ਹੋ। ਅਤੇ ਹੁਣ ਮੈਂ ਇਹਦੇ ਵਿੱਚ ਪਾਇਆ ਕੇਸਰ ਵਾਲਾ ਦੁੱਧ। ਕੇਸਰ ਨੂੰ ਮੈਂ ਜਿਹੜਾ ਗਰਮ ਦੁੱਧ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਅਤੇ ਪਰ ਮੇਰੀ ਮਨਪਸੰਦ ਦਾ ਕਲਰ ਨਹੀਂ ਆਇਆ, ਇਸ ਵਾਸਤੇ ਮੈਂ ਇਹਦੇ ਵਿੱਚ ਪਾ ਦਿੱਤਾ ਥੋੜ੍ਹਾ ਜਿਹਾ ਯੈਲੋ ਫੂਡ ਕਲਰ, ਤਾਂ ਕਿ ਜਿਹੜਾ ਇਹਦਾ ਕਲਰ ਆ ਉਹ ਵਧੀਆ ਆ ਜਾਵੇ। ਅਤੇ ਇਸ ਤੋਂ ਬਾਅਦ ਜਿਹੜਾ ਆ ਇਹਨੂੰ ਰੱਖ ਦੇਣਾ ਆ ਫਰਿੱਜ ਵਿੱਚ ਕਿ ਇਹ ਠੰਡਾ ਹੋ ਜਾਵੇ। ਇਸ ਤੋਂ ਬਾਅਦ ਲੈਣੀ ਆ 2 ਚਮਚ ਮਲਾਈ। ਅਤੇ ਉਹਦੇ ਵਿੱਚ ਮੈਂ 1 ਚਮਚ ਪੀਸੀ ਹੋਈ ਚੀਨੀ ਦਾ ਪਾ ਦਿੱਤਾ, ਨਾਲ ਪਾਇਆ ਇਲਾਚੀ ਪਾਊਡਰ ਅਤੇ ਨਾਲ ਹੀ ਪਾ ਦੇਣਾ 1 ਚਮਚ ਮਿਲਕ ਪਾਊਡਰ। ਅਤੇ ਇਹਦੇ ਜਿਹੜਾ ਇੱਕ ਪੇਸਟ ਬਣਾ ਲੈਣਾ ਆ। ਇਹਦੀ ਜਗ੍ਹਾ ਦੇ ਉੱਤੇ ਤੁਸੀਂ ਕੋਈ ਵੀ ਜਿੱਦਾਂ ਮਾਵਾ ਹੋ ਗਿਆ ਉਹ ਵੀ ਯੂਜ਼ ਕਰ ਸਕਦੇ ਹੋ। ਫਿਰ ਲੈਣੀ ਆ ਬ੍ਰੈਡ, ਅਤੇ ਮੈਂ ਬ੍ਰੈਡ ਦੇ ਕੋਈ 6 ਪੀਸ ਲਏ ਸੀਗੇ। ਅਤੇ ਇਹਨਾਂ ਦੀਆਂ ਜਿਹੜੀਆਂ ਸਾਈਡਸ ਆ ਉਹਨਾਂ ਨੂੰ ਕਟਿੰਗ ਕਰ ਦੇਣੀ ਆ। ਅਤੇ ਜਿਹੜਾ ਪੇਸਟ ਬਣਾਇਆ ਸੀ ਫੋਰ ਉਹਨੂੰ ਜਿਹੜਾ ਬ੍ਰੈਡ ਦੇ ਉੱਤੇ ਲਗਾਉਣਾ ਆ, ਜਿਵੇਂ ਕਿ ਮੈਂ 6 ਪੀਸ ਬ੍ਰੈਡ ਦੇ ਲਏ ਸੀਗੇ ਅਤੇ 1 ਪੀਸ ਦੇ ਉੱਤੇ ਪੇਸਟ ਲਗਾ ਕੇ ਦੂਜਾ ਪੀਸ ਉਹਦੇ ਉੱਤੇ ਰੱਖ ਦੇਣਾ ਆ। ਇਸ ਤਰ੍ਹਾਂ ਕਰਕੇ ਜਿਹੜੇ ਬ੍ਰੈਡ ਦੇ 3 ਸੈੱਟ ਜਿਹੜੇ ਉਹ ਤਿਆਰ ਹੋ ਗਏ ਸੀਗੇ। ਫਿਰ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਛੋਟੇ ਛੋਟੇ ਪੀਸ ਕੱਟ ਲੈਣੇ ਆ। ਇਹ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਕੱਟ ਲਵੋ, ਚਾਹੇ ਰੈਕਟੈਂਗਲ 'ਚ ਕੱਟ ਲਓ, ਸਕੁਏਅਰ ਵਿੱਚ ਕੱਟ ਲਓ ਜਾਂ ਫਿਰ ਟ੍ਰਾਇੰਗਲ 'ਚ ਕੱਟ ਲਓ। ਮੈਂ ਜਿਹੜੇ ਆ ਉਹ ਟ੍ਰਾਇੰਗਲ ਵਿੱਚ ਕੱਟੇ ਆ। ਸੋ ਮੇਰੀ ਡਿਸ਼ ਜਿਹੜੀ ਆ ਉਹ ਤਿਆਰ ਹੋ ਗਈ ਆ ਅਤੇ ਜਿਹੜੇ ਬ੍ਰੈਡ ਦੇ ਪੀਸ ਆ ਉਹ ਵੀ ਮੈਂ ਕੱਟ ਲਏ ਆ। ਅਤੇ ਇਹਨਾਂ ਨੂੰ ਹੁਣ ਮੈਂ ਕਰੂੰਗੀ ਸਰਵ। ਸਰਵ ਕਰਨ ਵਾਸਤੇ ਜਿਹੜਾ ਆ 1 ਕੌਲੀ ਵਿੱਚ ਲੈਣਾ ਆ ਦੁੱਧ, ਅਤੇ ਦੁੱਧ ਵਿੱਚ ਜਿਹੜਾ ਡਿਪ ਕਰਕੇ ਅਤੇ ਇਹਨੂੰ ਮੈਂ ਟ੍ਰੇ ਵਿੱਚ ਸੈੱਟ ਕਰ ਦੂੰਗੀ। ਅਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਸਾਰੇ ਬ੍ਰੈਡ ਅਤੇ ਜਿਹੜਾ ਦੁੱਧ ਬਣਾਇਆ ਉਹਨੂੰ ਪਹਿਲਾਂ ਤਿਆਰ ਕਰਕੇ ਰੱਖ ਸਕਦੇ ਹੋ ਅਤੇ ਜਦੋਂ ਵੀ ਤੁਹਾਡੇ ਘਰ ਗੈਸਟ ਆਵੇ ਤੁਸੀਂ ਉਸੇ ਟਾਈਮ ਜਿਹੜਾ ਇਹਨੂੰ ਸਰਵ ਕਰ ਸਕਦੇ ਹੋ। ਅਤੇ ਹੁਣ ਇਹਦੇ ਉੱਤੇ ਪਾ ਦੇਣਾ ਆ ਤਿਆਰ ਕੀਤਾ ਹੋਇਆ ਦੁੱਧ। ਇਹ ਜਿਹੜੀ ਸਵੀਟ ਡਿਸ਼ ਆ ਬਹੁਤ ਹੀ ਜਲਦੀ ਤਿਆਰ ਹੋਣ ਵਾਲੀ ਆ, ਤੁਸੀਂ ਇਹਨੂੰ ਰਸ ਮਲਾਈ ਵੀ ਕਹਿ ਸਕਦੇ ਹੋ। ਅਤੇ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਇਹਨੂੰ ਸਿਰਫ ਔਰ ਸਿਰਫ 15 ਮਿੰਟ ਵਿੱਚ ਬਣਾ ਕੇ ਜਿਹੜਾ ਖਾ ਸਕਦੇ ਹੋ। ਇਹ ਬਹੁਤ ਹੀ ਜਲਦੀ ਤਿਆਰ ਹੋਣ ਵਾਲੀ ਡਿਸ਼ ਆ ਬਿਨਾਂ ਗੈਸ ਚਲਾਏ, ਅਤੇ ਬਹੁਤ ਹੀ ਟੇਸਟੀ ਲੱਗਦੀ ਆ। ਵੈਸੇ ਵੀ ਤੁਸੀਂ ਠੰਡੀ ਠੰਡੀ ਇਹਨੂੰ ਖਾਓਗੇ ਤਾਂ ਤੁਹਾਨੂੰ ਬਹੁਤ ਹੀ ਟੇਸਟੀ ਲੱਗੂਗੀ। ਸੋ ਆਈ ਹੋਪ ਕਿ ਤੁਹਾਨੂੰ ਮੇਰੀ ਜਿਹੜੀ ਰੈਸਪੀ ਆ ਉਹ ਪਸੰਦ ਆਈ ਹੋਊਗੀ। ਸੋ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ, ਐਂਡ ਥੈਂਕ ਯੂ ਫੋਰ ਵਾਚਿੰਗ।